ਰਾਜਾ ਨੂੰ ਗੁੱਸਾ ਆਇਆ। ਰਾਜਾ ਨੇ ਆਖਿਆ ਸੱਤ ਗੁਣਾ ਹੋਰ ਭੱਠੀ ਦਾ ਸੇਕ ਵਧਾ ਦਿੱਤਾ ਜਾਏ, ਸੱਤ ਗੁਣਾ। ਔਰ ਉਹਨੇ ਆਖਿਆ ਦੇਖਾਂਗਾ ਭਲਾ ਮੇਰੇ ਉੱਤੇ ਤੁਹਾਨੂੰ ਕਿਹੜਾ ਤੁਹਾਡਾ ਪਰਮੇਸ਼ਰ ਬਚਾ ਸਕਦਾ। ਉਹਨਾਂ ਨੇ ਆਖਿਆ ਰਾਜਾ ਬਾਦਸ਼ਾਹ ਸਲਾਮਤ, ਅਸੀਂ ਇਹਨਾਂ ਨੂੰ ਜਾਣਦੇ ਹਾਂ ਕਿ ਸਾਡਾ ਪਰਮੇਸ਼ਰ ਸਾਨੂੰ ਬਚਾਉਣ ਦੀ ਸ਼ਕਤੀ ਰੱਖਦਾ, ਪਰ ਇਹ ਵੀ ਗੱਲ ਆ ਜੇ ਉਹਦੀ ਮਰਜ਼ੀ ਹੋ ਜਾਵੇ ਉਹਨੇ ਨਹੀਂ ਵੀ ਬਚਾਉਣਾ, ਉਹ ਬਚਾਵੇ ਤਾਂ ਭਾਵੇਂ ਨਾ ਬਚਾਵੇ, ਪਰ ਅਸੀਂ ਤੇਰੇ ਅੱਗੇ ਤੇਰੀ ਮੂਰਤੀ ਦੇ ਅੱਗੇ ਸਿਰ ਝੁਕਾਉਣਾ। ਔਰ ਇੱਕ ਸੁਣੀਏ, ਇਹ ਕਹਾਣੀ ਸੁਣਨ 'ਚ ਇੱਦਾਂ ਲੱਗਦੀ ਆ, ਪਰ ਮੰਨ ਲਓ ਇੱਥੇ ਹੀ ਆਪਾਂ 100-150 ਜੀ ਬੈਠੇ ਹਾਂ, ਥੋੜ੍ਹੇ ਵੀਰੇ ਦੇ ਬੈਠੇ ਹਾਂ, ਸੁਣੋ ਬੜਾ ਧਿਆਨ ਨਾਲ। ਜੇ ਹੁਣੇ ਹੀ ਇੱਥੇ ਫੁੱਲ ਦੇ ਸੱਪਾ ਜਿਵੇਂ ਦੇ ਸਵਾਲ ਹੈ ਕੀ ਆ ਜਾਵੇ ਤਾਂ ਮੈਨੂੰ ਤੁਹਾਡਾ ਤਾਂ ਪਤਾ ਨੀ, ਮੈਂ ਨੀ ਲੱਭਣਾ ਸੀ ਤੁਹਾਡਾ ਤਾਂ ਮੈਨੂੰ ਪਤਾ ਨੀ, ਪਰ ਮੈਂ ਇੱਥੇ ਲੱਭਣਾ। ਇੱਕ ਵਾਰੀ ਸਾਡੇ ਘਰ ਸੱਪ, ਸਾਡੇ ਘਰ ਦੇ ਵਿੱਚ ਸਾਡੇ ਚਰਚ 'ਚ ਸੱਪ ਆ ਗਿਆ। ਇਹ ਦੱਸਣੀ ਗੱਲ ਦੱਸ ਰਿਹਾ ਕੀ ਆ ਗਿਆ ਸੱਪ ਆ ਗਿਆ, ਤੇ ਭੈਣਾਂ ਸੇਵਾ ਕਰ ਰਹੀ ਸੀ, ਤੂੰ ਪਤਾ ਨੀ ਕਿੱਥੋਂ ਨਿਕਲ ਆਇਆ, ਐਡਾ ਕਿ ਨਿਕਲ ਆਇਆ, ਤੇ ਮੈਂ ਉੱਪਰ ਹਾਂ ਤੇ ਉਹਨਾਂ ਨੂੰ ਆਦੀ ਪਾਸਟਰ ਜੀ ਸੱਪ, ਪਾਸਟਰ ਜੀ ਸੱਪ, ਪਾਸਟਰ ਜੀ ਸੱਪ, ਤੇ ਪਾਸਟਰ ਜੀ ਰਸਾਤ ਮਾਰ, ਤੇ ਉਹਨਾਂ ਨੇ ਗੱਲ ਨਹੀਂ ਮੁਸਕਾਰ ਮੁੜ ਕੇ, ਪਤਾ ਨੀ ਕੀ ਹਿਸਾਬ ਤਾਂ ਮੈਨੂੰ ਨੀ ਪਤਾ, ਮੈਂ ਵੇਖਿਆ ਨਹੀਂ, ਉਹਨਾਂ ਨੇ ਪਤਾ ਨੀ ਦਰੀ ਪਾ ਦਿੱਤੀ ਕਿ ਬੋਲ ਪਾ, ਸੱਪ ਧੱਕਿਆ ਗਿਆ, ਮਤਲਬ ਕਾਬੂ ਆ ਗਿਆ, ਕਾਹਦੇ 'ਤੇ ਆ ਗਿਆ ਕੰਟਰੋਲ 'ਚ ਹੋ ਗਿਆ, ਸੱਪ ਆ ਗਿਆ। ਤੇ ਮੈਂ ਉਦੋਂ ਉੱਪਰੋਂ ਥੱਲੇ ਉਤਰਿਆ ਤੇ ਮੈਂ ਕਿਹਾ ਕਿੱਥੇ ਸੱਪ, ਕਹਿੰਦੇ ਇੱਥੇ ਆ, ਕਹਿੰਦੇ ਥੱਲੇ,